ਪਿਛਲੇ ਦਿਨੀ ਸੈਕਰਾਮੈਂਟੋ ਵਿਚ ਵਾਰਿਸ ਸ਼ਾਹ ਇਸ਼ਕ ਦਾ ਵਾਰਿਸ ਮੂਵੀ ਦਾ ਜਦੋਂ ਪ੍ਰੀਮੀਅਰ ਹੋਇਆ ਉਸ ਵਕਤ ਦੌਰਾਨ ਮਾਨ ਸਾਹਿਬ ਅਤੇ ਉਨ੍ਹਾਂ ਦੇ ਸਾਰੇ ਟੀਮ ਦੇ ਮੈਂਬਰਾਂ ਨਾਲ ਕੁਝ ਸਮਾਂ ਬਿਤਾਉਣ ਦਾ ਮੌਕਾ ਮਿਲਿਆ। ਵੇਖਣ ਵਾਲੀ ਗੱਲ ਇਹ ਸੀ, ਮੈਂ ਤਾਂ ਇਹ ਲੱਭਦਾ ਸੀ ਕਿ ਇਸ ਟੀਮ ਦੇ ਵਿਚੋਂ ਉਹ ਕੌਣ ਹੈ ਜਿਸ ਵਿਚ ਘੱਟ ਨਿਮਰਤਾ ਹੈ। ਸਾਰੇ ਇਕ ਤੋਂ ਵੱਧ ਕੇ ਸਨ। ਜਿਸ ਨੂੰ ਵੀ ਤੁਸੀਂ ਮਿਲਦੇ ਆ ਨੇੜੇ ਹੋ ਕੇ ਵਿਚਣ ਤੇ ਇਹ ਪਤਾ ਲੱਗਦਾ ਕਿ ਸਾਰੇ ਡਾਊਨ ਟੂ ਅਰਥ। ਉਹਨਾਂ ਦੀ ਜੋ ਪਰਸਨੈਲਿਟੀ ਉਸ ਬਾਰੇ ਸੋਚ ਕੇ ਕਈ ਵਾਰ ਆਹ ਫੀਲ ਹੁੰਦਾ ਕਿ ਰੱਬ ਨੇ ਉਹਨਾਂ ਨੂੰ ਕਿੰਨੀ ਸ਼ੋਹਰਤ ਕਿੰਨਾ ਕੁਝ ਦਿੱਤਾ ਹੈ, ਪਰ ਨਿਮਰਤਾ ਕਿੰਨੀ ਹੈ ਹੱਦ ਤੋਂ ਵੱਧ। ਬਹੁਤ ਕੁਝ ਸਿੱਖਣ ਨੂੰ ਮਿਲਿਆ ਸਾਰੀ ਟੀਮ ਦੇ ਨਾਲ ਕੁਝ ਸਮਾਂ ਬਿਤਾ ਕੇ। ਇਨ੍ਹਾਂ ਦੇ ਵਿਚ ਇੱਕ ਸਨ ਮਨੋਜ ਪੁੰਜ, ਜਿਨ੍ਹਾਂ ਦੀ ਸਾਡੇ ਪੰਜਾਬੀਅਤ ਨੂੰ, ਸਾਡੀ ਪੰਜਾਬੀ ਕੌਮ ਨੂੰ, ਸਾਡੇ ਪੰਜਾਬੀ ਕਲਚਰ ਨੂੰ, ਪੰਜਾਬੀ ਮਾਂ ਬੋਲੀ ਨੂੰ ਬਹੁਤ ਵੱਡੀ ਦੇਣ ਉਹ ਦੇ ਗਿਆ। ਬਹੁਤ ਹੀ ਖੂਬਸੂਰਤ ਉਹਨੇ ਚਾਰ ਫਿਲਮਾਂ ਡਾਇਰੈਕਟ ਕੀਤੀਆਂ ਮਾਨ ਸਾਹਿਬ ਦੀਆਂ, ਜ਼ਿੰਦਗੀ ਖੂਬਸੂਰਤ ਹੈ, ਵਾਰਿਸ ਸ਼ਾਹ ਇਸ਼ਕ ਦਾ ਵਾਰਿਸ, ਸ਼ਹੀਦੇ ਮੁਹੱਬਤ ਅਤੇ ਦੇਸ ਹੋਇਆ ਪ੍ਰਦੇਸ। ਇਹ ਸਾਰੀਆਂ ਮੂਵੀਆਂ ਇੱਕ ਤੋਂ ਵੱਧ ਕੇ ਇੰਨੀਆਂ ਜ਼ਿਆਦਾ ਖੂਬਸੂਰਤ ਪਰਿਵਾਰ ਵਿਚ ਬੈਠ ਕੇ ਵੇਖਣ ਵਾਲੀਆਂ। ਤੁਸੀਂ ਇਹ ਵੇਖੋ ਇੱਕ ਡਾਇਰੈਕਟਰ ਜਦੋਂ ਫਿਲਮ ਨੂੰ ਡਾਇਰੈਕਟ ਕਰਦਾ ਹੈ ਕਿੰਨੇ ਹਜ਼ਾਰਾਂ ਪਰਿਵਾਰਾਂ ਦੀ ਇਹ ਰੋਜ਼ੀ ਰੋਟੀ ਦਾ ਸਾਧਨ ਬਣਦਾ ਹੈ। ਪਹਿਲਾਂ ਉਸ ਮੂਵੀ ਦੀ ਪ੍ਰੋਡਕਸ਼ਨ ਸਮੇਂ, ਉਸ ਤੋਂ ਬਾਅਦ ਉਸਦੀ ਡਿਸਟ੍ਰੀਬਿਊਸ਼ਨ ਸਮੇਂ, ਸਿਨੇਮਾ ਘਰਾਂ ਵਿਚ ਕਿੰਨੇ ਸਟੋਰ ਨੇ ਆਪਣੇ, ਥੋੜਾ ਥੋੜਾ ਕਰਦਿਆਂ ਕਿੰਨਿਆਂ ਪਰਿਵਾਰਾਂ ਦੀ ਅਤੇ ਉਹ ਹਜ਼ਾਰਾਂ ਹੋਰ ਪਰਿਵਾਰ ਜਿਹੜੇ ਲੱਖਾਂ ਕਰੋੜਾਂ ਉਸ ਮੂਵੀ ਨੂੰ ਬੈਠ ਕੇ ਵੇਖਦੇ ਆ। ਸਾਡੇ ਬੱਚੇ ਜਿਹੜੀ ਨਵੀਂ ਜਨਰੇਸ਼ਨ ਹੈ, ਜਦੋਂ ਅਸੀਂ ਉਹਨਾਂ ਨੂੰ ਲੈ ਕੇ ਕੋਲ ਬਹਿੰਦੇ ਹਾਂ ਅਤੇ ਸਾਨੂੰ ਇਹੋ ਜਿਹੀਆਂ ਉਹਨਾਂ ਨੂੰ ਅਸੀਂ ਪਰਿਵਾਰਕ ਮੂਵੀਆਂ ਪੇਸ਼ ਕਰਦੇ ਹਾਂ ਤਾਂ ਆਟੋਮੈਟਿਕਲੀ ਉਹਨਾਂ ਦਾ ਵੀ ਮਨ ਸਾਡੇ ਕਲਚਰ ਵੱਲ ਹੋਰ ਝੁੱਕ ਜਾਂਦਾ। ਮਨੋਜ ਪੁੰਜ ਹੋਣਾ ਦਾ ਜੋ ਘਾਟਾ ਸਾਡੇ ਸਾਨੂੰ ਜੋ ਪਿਆ ਉਹ ਕਦੇ ਨਾ ਪੂਰਾ ਹੋਣ ਵਾਲਾ। ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਉਹਨਾਂ ਨਾਲ ਕੁਝ ਪਲ ਸਾਂਝੇ ਕੀਤੇ ਤੁਹਾਡੇ ਸਾਰਿਆਂ ਦੇ ਸਨਮੁਖ ਕਰ ਰਿਹਾ। ਮਰਨਾ ਯਹਾਂ ਇਸਕੇ ਸਿਵਾ ਜਾਣਾ ਕਹਾ, ਜੀ ਚਾਹੇ ਜਬ ਹਮਕੋ ਆਵਾਜ਼ ਦੋ, ਹਮ ਹੈ ਵਹੀ ਹਮਸੇ ਜਹਾਂ, ਆਪਣੇ ਯਹੀ ਦੋਨੋ ਜਹਾਂ, ਇਸਕੇ ਸਿਵਾ ਜਾਣਾ ਕਹਾ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਯਾਦਾਂ ਪੰਜਾਬੀਆਂ ਅਤੇ ਅੱਜ ਅਸੀਂ ਤੁਹਾਡੇ ਸਾਰਿਆਂ ਦੇ ਸਨਮੁਖ ਕਰ ਰਹੇ ਹਾਂ ਮਨੋਜ ਪੁੰਜ ਹੋਣਾ ਨੂੰ, ਜੋ ਵਾਰਿਸ ਸ਼ਾਹ ਮੂਵੀ ਦੇ ਡਾਇਰੈਕਟਰ ਹਨ। ਸੋ ਮਨੋਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਵਿਚ ਵਕਤ ਕਰਨ ਦਾ। ਸ਼ੁਕਰੀਆ ਸ਼ੁਕਰੀਆ। ਤੁਸੀਂ ਸਭ ਤੋਂ ਪਹਿਲਾਂ ਸਾਡੇ ਵਿਊਜ਼ ਨਾਲ ਇਹ ਇਨਫੋਰਮੇਸ਼ਨ ਸਾਂਝੀ ਕਰੋ ਕਿ ਤੁਹਾਡਾ ਜੋ ਡਾਇਰੈਕਟਰ ਐਜ਼ ਅ ਡਾਇਰੈਕਟਰ ਤੁਹਾਡਾ ਸਫ਼ਰ ਕਦੋਂ ਸ਼ੁਰੂ ਹੋਇਆ? ਦਰਅਸਲ ਮੈਂ ਜਦੋਂ ਚੰਡੀਗੜ੍ਹ ਪੜ੍ਹਦਾ ਹੁੰਦਾ ਸੀਗਾ ਕਾਲਜ ਸੀਗਾ, ਸਾਡੇ ਪ੍ਰੋਫੈਸਰ ਸਨ ਨਰੂਲਾ ਸਾਹਿਬ, ਉਹ ਕੁਝ ਡਾਕੂਮੈਂਟਰੀਜ਼ ਤੇ ਕੁਝ ਕਾਰਪੋਰੇਟ ਫਿਲਮਸ ਬਣਾਉਂਦੇ ਰਹਿੰਦੇ ਸਨ ਤੇ ਮੈਂ ਉਹਨਾਂ ਨੂੰ ਅਸਿਸਟ ਕਰਦਾ ਸਾਂ। ਤੇ ਜਿਸ ਟਾਈਮ ਮੈਂ ਗ੍ਰੈਜੂਏਸ਼ਨ ਕੰਪਲੀਟ ਕੀਤੀ ਤਾਂ ਮੈਂ ਮੁੰਬਈ ਚਲਾ ਗਿਆ, ਇਹਨੂੰ ਪਹਿਲਾਂ ਬੰਬੇ ਕਹਿੰਦੇ ਸੀ। ਹਾਂਜੀ ਹਾਂਜੀ। ਤੇ ਉੱਥੇ ਜਾ ਕੇ ਮੈਂ ਕੁਝ ਲੋਕਾਂ ਨੂੰ ਅਸਿਸਟ ਕੀਤਾ, ਕੁਝ ਇੱਧਰ ਉੱਧਰ ਆਬਜ਼ਰਵ ਕੀਤਾ, ਫਿਰ ਕੁਝ ਮਿਊਜ਼ਿਕ ਵੀਡੀਓਜ਼ ਕੀਤੇ। 91 ਚ ਬੰਬੇ ਸੀਗਾ ਤੇ 91 ਚ ਮਾਨ ਸਾਹਿਬ ਨਾਲ ਵੀ ਜੁੜ ਗਿਆ ਸੀਗਾ, ਮਾਨ ਸਾਹਿਬ ਕੁਝ ਮਿਊਜ਼ਿਕ ਵੀਡੀਓਜ਼ ਕੀਤੇ, ਉਹਨਾਂ ਨਾਲ ਅੱਛੀ ਦੋਸਤੀ ਹੋ ਗਈ, ਅੱਛਾ ਇੱਕ ਪਰਿਵਾਰਿਕ ਰਿਸ਼ਤਾ ਬਣਿਆ। ਫਿਰ 98-99 ਦੇ ਆਸ ਪਾਸ ਅਸੀਂ ਇੱਕ ਫਿਲਮ ਪਲਾਨ ਕੀਤੀ ਸ਼ਹੀਦ ਮੁਹੱਬਤ, ਜੋ ਮੈਂ ਕਹਾਣੀ ਸਾਡੇ ਸੂਰਜ ਸੰਦੀਪ ਸਾਹਿਬ ਦੀ ਕਹਾਣੀ ਸੀ ਉਹ ਸੁਣਾਈ ਮਾਨ ਸਾਹਿਬ ਨੂੰ, ਮਨਜੀਤ ਜੀ ਨੂੰ, ਉਹਨਾਂ ਨੂੰ ਬਹੁਤ ਪਸੰਦ ਆਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਇਹ ਫਿਲਮ ਬਣਾਵਾਂਗੇ ਲੇਕਿਨ ਬਣਾਵਾਂਗੇ ਪੰਜਾਬੀ ਚ। ਬਿਲਕੁਲ। ਜਦੋਂ ਮੈਂ ਸੁਣਾਈ ਸੀ ਤਾਂ ਮੈਂ ਇਸ ਕਰਕੇ ਸੁਣਾਈ ਸੀ ਕਿ ਪੰਜਾਬੀ ਚ ਸੁਣਾਈ ਜਾਵੇ, ਬਟ ਕਹਾਣੀ ਸੁਣਾਈ ਸੀ ਬਸ। ਤੇ ਉਸ ਟਾਈਮ ਪੰਜਾਬੀ ਸਿਨੇਮਾ ਜਿਹੜਾ ਸੀਗਾ ਬਹੁਤ ਮਾੜੇ ਦੌਰ ਤੋਂ ਗੁਜ਼ਰ ਰਿਹਾ ਸੀਗਾ, ਬਹੁਤ ਜਿਸਨੂੰ ਵੀ ਤੁਸੀਂ ਕਹੋਗੇ ਟੈਕਨੀਸ਼ੀਅਨ ਹੋਵੇ ਜਾਂ ਆਰਟਿਸਟ ਹੋਵੇ, ਉਹ ਪੰਜਾਬੀ ਸਿਨੇਮਾ ਨਾਲ ਜੁੜਨ ਲਈ ਬਹੁਤ ਸ਼ਰਮਿੰਦਗੀ ਮਹਿਸੂਸ ਕਰਦੇ ਸਨ। ਬੜਾ ਲਾਊਡ ਸਿਨੇਮਾ ਸੀਗਾ। ਬਿਲਕੁਲ। ਤੇ ਕ੍ਰਿਟੀਕਲ ਲੈਵਲ ਤੇ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਤੇ ਪੰਜਾਬੀ ਸਿਨੇਮਾ ਦਾ ਨਾਂ ਨਹੀਂ ਸੀਗਾ ਬਿਲਕੁਲ ਵੀ। ਹਾਂਜੀ। ਬਹੁਤ ਸਸਤੀਆਂ 20-22 ਲੱਖ ਦੀ ਫਿਲਮਾਂ ਬਣਦੀਆਂ ਸਨ ਤੇ ਉਸ ਟਾਈਮ ਇਹ ਉਦਮ ਚੱਕਿਆ ਮਨਜੀਤ ਜੀ ਨੇ, ਮਾਨ ਸਾਹਿਬ ਨੇ, ਕਿ ਫਿਲਮ ਬਣਾਈ ਜਾਏ ਜਿਹੜੀ ਜਿਸ ਤਰ੍ਹਾਂ ਕੁਝ ਕੰਪਰੋਮਾਈਜ਼ ਨਾ ਕੀਤਾ ਜਾਵੇ।
ਤੇ ਉਸ ਟਾਈਮ ਉਹ ਸ਼ਹੀਦ ਮੁਹੱਬਤ ਉਸ ਟਾਈਮ ਦੀ ਸਭ ਤੋਂ ਵੱਡੇ ਬਜਟ ਦੀ ਫਿਲਮ ਬਣੀ ਬਹੁਤ ਅੱਛੀ ਫਿਲਮ ਬਣੀ ਲੋਕਾਂ ਨੇ ਬਹੁਤ ਉਸਨੂੰ ਐਪਰੀਸ਼ੀਏਟ ਕੀਤਾ ਕਮਰਸ਼ਲੀ ਦੇ ਨਾਲ ਨਾਲ ਕ੍ਰਿਟੀਕਲੀ ਬਹੁਤ ਐਕਲੇਮ ਹੋਈ ਇੰਟਰਨੈਸ਼ਨਲੀ ਕਈ ਜਗ੍ਹਾ ਵਰਲਡ ਦੇ ਵਿਚ ਇੰਟਰਨੈਸ਼ਨਲ ਫਿਲਮ ਫੈਸਟੀਵਲ ਚ ਗਈ ਸਭ ਜਗ੍ਹਾ ਕ੍ਰਿਟੀਕਲੀ ਐਕਲੇਮ ਹੋਈ ਤੇ ਲੋਕਾਂ ਨੂੰ ਵੀ ਜਿਹੜੇ ਉੱਥੇ ਆਉਂਦੇ ਸੀਗੇ ਉਹਨਾਂ ਨੂੰ ਪਤਾ ਲੱਗਿਆ ਕਿ ਪੰਜਾਬੀ ਸਿਨੇਮਾ ਵਿਚ ਵੀ ਕੁਛ ਹੋ ਸਕਦਾ ਪੰਜਾਬੀ ਵੀ ਇੱਕ ਲੈਂਗੁਏਜ ਹੈਗੀ ਕਈ ਲੋਕਾਂ ਨੂੰ ਇਹ ਨੀ ਪਤਾ ਸੀ ਪੰਜਾਬੀ ਲੈਂਗੁਏਜ ਕੋਈ ਫਿਲਮਾਂ ਬਣਦੀਆਂ ਵੀ ਹੈਗੀਆਂ ਫਿਰ ਸ਼ਹੀਦ ਮੁਹੱਬਤ ਤੋਂ ਬਾਅਦ ਅਸੀਂ ਜ਼ਿੰਦਗੀ ਖੂਬਸੂਰਤ ਬਣਾਈ ਫਿਰ ਦੇਸ਼ ਵਾਇ ਪਰਦੇਸ ਬਣਾਈ ਤੇ ਲੋਕਾਂ ਦਾ ਹੁੰਗਾਰਾ ਮਿਲਦਾ ਰਿਹਾ ਤੇ ਅਸੀਂ ਹੁਣ ਬਾਰਿਸ਼ ਦਾ ਇਸ਼ਕ ਦਾ ਬਾਰਿਸ਼ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੈਗੇ ਹਾਂ ਇਹਦੀ ਨੁਮਾਇਸ਼ ਤੁਹਾਡੇ ਅਮਰੀਕਾ ਵਿਚ ਵੀ ਹੋ ਰਹੀ ਹੈ ਥੀਏਟਰ ਦੇ ਵਿਚ ਤੇ ਹੁਣ ਜਿੱਥੇ ਇੱਥੇ ਰਿਲੀਜ਼ ਹੋਈ ਹੈ ਫਿਲਮ ਪੰਜਾਬ ਚ ਕੈਨੇਡਾ ਯੂ ਕੇ ਸਭ ਜਗ੍ਹਾ ਬਹੁਤ ਐਪਰੀਸ਼ੀਏਟ ਹੋ ਰਹੀ ਹੈ ਪਿੱਛੇ ਹੁਣ ਬਰਲਿਨ ਏਸ਼ੀਆ ਪੈਸੀਫਿਕ ਫਿਲਮ ਫੈਸਟੀਵਲ ਦੇ ਵਿਚ ਗਈ ਉੱਥੇ ਬਹੁਤ ਲੋਕਾਂ ਨੇ ਉਹਨੂੰ ਐਪਰੀਸ਼ੀਏਟ ਕੀਤਾ ਗੁਰਦਾਸ ਜੀ ਨੂੰ ਉਸਦੇ ਵਾਸਤੇ ਇੱਕ ਆਲਰਾਊਂਡ ਪਰਫਾਰਮੈਂਸ ਦਾ ਅਵਾਰਡ ਵੀ ਮਿਲਿਆ ਸੋ ਆਪਣੀ ਮੂਵੀ ਨੂੰ ਕੋਈ ਅਵਾਰਡ ਮਿਲਿਆ ਲੱਗਦਾ ਉੱਥੇ ਰਾਈ ਹਾਂਜੀ ਉੱਥੇ ਗੁਰਦਾਸ ਜੀ ਨੂੰ ਮਿਲਿਆ ਵਾਰਿਸ ਸ਼ਾਹ ਇਸ਼ਕ ਦਾ ਵਾਰਿਸ ਵਾਸਤੇ ਬੈਸਟ ਪਰਫਾਰਮੈਂਸ ਦਾ ਅਵਾਰਡ ਮਿਲਿਆ ਹਾਂਜੀ ਜੀ ਠੀਕ ਹੈ ਸੋ ਇਸ ਤੋਂ ਇਲਾਵਾ ਤੁਹਾਡੀਆਂ ਜਿਹੜੀਆਂ ਮਾਨ ਸਾਹਿਬ ਨਾਲ ਗਈ ਅਗਲੀਆਂ ਫਿਊਚਰ ਪਲੈਨਿੰਗਸ ਹੈਗੀਆਂ ਉਹ ਉਸ ਬਾਰੇ ਕੁਝ ਇਨਫੋਰਮੇਸ਼ਨ ਸਾਡੇ ਵਿਊਰਸ ਲਈ ਹੁਣ ਇੱਕ ਫਿਲਮ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦਾ ਮੇਰੇ ਖਿਆਲ ਫਰਵਰੀ ਚ ਸ਼ੂਟਿੰਗ ਸ਼ੁਰੂ ਹੋ ਜਾਏਗੀ ਤੇ ਉਸਦਾ ਇੱਕ ਮੈਂ ਸਿਰਫ ਇੰਨਾ ਹੀ ਦੱਸ ਸਕਦਾ ਕਿ ਉਸਦਾ ਇੱਕ ਮੈਸੇਜ ਹੈਗਾ ਫਿਲਮ ਦਾ ਕਿ ਦੇਰ ਇਜ਼ ਆਲਵੇਜ਼ ਅ ਹੋਪ ਟੂ ਲਿਵ ਕਿ ਤੁਸੀਂ ਜ਼ਿੰਦਗੀ ਚ ਕਿੰਨੇ ਵੀ ਸ਼ੈਟਰਡ ਹੋਵੋ ਕਿੰਨਾ ਵੀ ਤੁਹਾਨੂੰ ਔਕੜਾਂ ਆਉਣ ਮੁਸ਼ਕਿਲਾਂ ਆਉਣ ਲੇਕਿਨ ਪਰਮਾਤਮਾ ਜਿਹੜਾ ਇੱਕ ਉਮੀਦ ਦੀ ਕਿਰਨ ਹਮੇਸ਼ਾ ਜਿਉਂਦੀ ਰੱਖਦਾ ਇੱਕ ਉਮੀਦ ਦੀ ਕਿਰਨ ਹਮੇਸ਼ਾ ਰੱਖਦਾ ਸੋ ਯੂ ਸ਼ੁਡ ਨੈਵਰ ਜ਼ਿੰਦਗੀ ਤੋਂ ਹਤਾਸ਼ ਨਹੀਂ ਹੋਣਾ ਚਾਹੀਦਾ ਦੇਰ ਇਜ਼ ਆਲਵੇਜ਼ ਅ ਹੋਪ ਟੂ ਲਿਵ ਬਹੁਤ ਵਧੀਆ ਮਨੋਜ ਪੰਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਪ੍ਰੋਗਰਾਮ ਲਈ ਵਕਤ ਕਰਨ ਦਾ ਹਾਏ ਮੈਂ ਹਾਂ ਦਿਵਿਆ ਦੱਤਾ ਤੇ ਤੁਸੀਂ ਵੇਖ ਰਹੇ ਹੋ ਯਾਦਾਂ ਪੰਜਾਬ ਦੀਆਂ